ਰਾਜੂ ਇੱਧਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਤਿਹਗੜ੍ਹ ਸਾਹਿਬ ਆਏ ਹਾਂ ਸਰਹੰਦ ਉਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਨ ਜਾਂ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਸੀ ਮਾਤਾ ਗੁਜਰੀ ਦੀ ਸ਼ਹਾਦਤ ਸੀ ਜਿਹਨੇ ਇੱਕ ਜੇ ਅਸੀਂ ਕਹਿ ਲਈਏ ਵੀ ਸਿੱਖੀ ਨੂੰ ਇੱਕ ਨਵੇਂ ਸਿਰਿਓਂ ਡਿਫਾਈਨ ਕਰਤਾ ਅਤੇ ਜਦੋਂ ਗੁਰੂ ਸਾਹਿਬ ਕੋਲ ਉਹ ਗੱਲਾਂ ਪਹੁੰਚੀਆਂ ਪਹਿਲਾਂ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਦੇ ਜਿਹੜਾ ਵਜ਼ੀਰ ਸੀ ਵਜ਼ੀਰ ਖਾਨ ਉਹਨੇ ਕਿਹਾ ਵੀ ਤੁਸੀਂ ਇਸਲਾਮ ਦਾ ਕਲਾਮ ਪੜ੍ਹ ਦਿਓ ਤੁਹਾਨੂੰ ਅਸੀਂ ਰਾਜ ਬਖਸ਼ ਦਾਂਗੇ ਤੁਹਾਨੂੰ ਅਸੀਂ ਸਭ ਕੁਛ ਦੇ ਦਾਂਗੇ ਪਰ ਅੱਗੇ ਉਹ ਸਾਹਿਬਜ਼ਾਦਿਆਂ ਨੇ ਅੱਛਾ ਇੰਨੀ ਛੋਟੀ ਉਮਰ ਅਤੇ ਸਾਹਿਬਜ਼ਾਦਿਆਂ ਨੇ ਬੜੀ ਕਮਾਲ ਦੀ ਜਿਹੜੀ ਸਾਡੀ ਬਾਬਾ ਦੋਨੇ ਸਾਹਿਬਜ਼ਾਦਿਆਂ ਨੇ ਬੜੀ ਕਮਾਲ ਦੀ ਗੱਲ ਕਹੀ ਵੀ ਅਸੀਂ ਭਚਾਂਗੀ ਹਾਂ ਸੋ ਅਸੀਂ ਉਸ ਗੁਰੂ ਦੇ ਉਸ ਪਿਤਾ ਦੇ ਅਸੀਂ ਪੁੱਤ ਹਾਂ ਜਿਹਨੇ ਅੱਜ ਤਾਈਂ ਜ਼ੁਲਮ ਅਤੇ ਜ਼ਬਰ ਦੇ ਖਿਲਾਫ ਜੰਗ ਲੜੀ ਹੈ ਆਵਾਜ਼ ਬੁਲੰਦ ਰੱਖੀ ਹੈ ਅਤੇ ਅਸੀਂ ਵੀ ਉਸੇ ਆਵਾਜ਼ ਨੂੰ ਅਤੇ ਉਸੇ ਜਿਹੜੇ ਸਾਡੇ ਜਜ਼ਬੇ ਨੂੰ ਬੁਲੰਦ ਰੱਖਾਂਗੇ ਸੋ ਐਡੀਆਂ ਵੱਡੀਆਂ ਸ਼ਹਾਦਤਾਂ ਐਡੀਆਂ ਛੋਟੀਆਂ ਉਮਰਾਂ ਇਹ ਕੋਈ ਆਮ ਰੂਹਾਂ ਨਹੀਂ ਹੋ ਸਕਦੀਆਂ ਉਹ ਰੂਹਾਂ ਕੁਛ ਹੋਰ ਸੀ ਅਤੇ ਉਹਨਾਂ ਦੇ ਸਿਲਸਿਲੇ ਕੁਛ ਹੋਰ ਸੀ ਜੋ ਸਾਨੂੰ ਉਹ ਦੇ ਗਏ ਜਦੋਂ ਅੱਜ ਅਸੀਂ ਮੱਥਾ ਟੇਕ ਰਹੇ ਸੀ ਅਤੇ ਉੱਥੋਂ ਬਸ ਨਤਮਸਤਕ ਹੀ ਇਹ ਹੋ ਰਹੇ ਸੀ ਵੀ ਜੋ ਤੁਸੀਂ ਸਾਨੂੰ ਦੇਤਾ ਜੋ ਤੁਹਾਡੀ ਦੇਣ ਆ ਉਹਦਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਪੂਰਾ ਕੌਮ ਸਾਡੀ ਮਿਲ ਕੇ ਵੀ ਦੇਣ ਨਹੀਂ ਦੇ ਸਕਦੀ ਅਤੇ ਉਹਨਾਂ ਸ਼ਹਾਦਤਾਂ ਨੇ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੇ ਜੇ ਅਸੀਂ ਕਹੀਏ ਸਾਡੇ ਅੰਦਰ ਜਿਹੜਾ ਆਹ ਖੂਨ ਆ ਇਹ ਜਜ਼ਬਾ ਇਹ ਉੱਥੋਂ ਆਉਂਦਾ ਪ੍ਰੇਰਨਾ ਸਾਨੂੰ ਉੱਥੋਂ ਮਿਲਦੀ ਆ ਕਿਸਾਨੀ ਸੰਘਰਸ਼ ਚੱਲ ਰਿਹਾ ਅਸੀਂ ਕਿਸਾਨੀ ਸੰਘਰਸ਼ 'ਚੋਂ ਵਿੱਚੋਂ ਇੱਥੇ ਅਰਦਾਸ ਕਰਨ ਆਏ ਸੀ ਵੀ ਪੰਜਾਬ ਦੀ ਫਤਿਹ ਹੋਵੇ ਅਤੇ ਗੁਰੂ ਸਾਹਿਬ ਸਾਨੂੰ ਜਿੱਤ ਬਖਸ਼ਣ ਕਿਉਂਕਿ ਜਿੱਤ ਉਹਨਾਂ ਕੋਲ ਪਈ ਆ ਉਸ ਅਕਾਲ ਪੁਰਖ ਵਾਹਿਗੁਰੂ ਕੋਲ ਪਈ ਆ ਅਤੇ ਜਦੋਂ ਅਸੀਂ ਉਹਨਾਂ ਨੂੰ ਨਤਮਸਤਕ ਹੋ ਕੇ ਅਰਦਾਸ ਕਰਾਂਗੇ ਅਤੇ ਸੰਗਤ ਅਰਦਾਸ ਕਰੂਗੀ ਤੁਸੀਂ ਦੇਖੋ ਕਿਵੇਂ ਰੌਣਕਾਂ ਲੱਗਦੀਆਂ ਇੱਧਰ ਦੇਖੋ ਕਿਵੇਂ ਦੁੱਧ ਦੇ ਲੰਗਰ ਚੱਲ ਰਹੇ ਆ ਆਹ ਬਜ਼ੁਰਗ ਬੈਠੇ ਦੇਖੋ ਸਾਡੇ ਕਿਵੇਂ ਇੱਧਰ ਲੰਗਰ ਦਾ ਸਾਰਾ ਸਮਾਨ ਆਹ ਹੋਰ ਇੱਧਰ ਦਿਖਾਓ ਜੀ ਬਾਹਰ ਸੰਗਤ ਦਿਖਾਓ ਸਬਜ਼ੀਆਂ ਸਾਰਾ ਬਾਹਰ ਸੰਗਤ ਦਿਖਾਓ ਸੋ ਬੜਾ ਧਿਆਨ ਨਾਲ ਇੱਥੇ ਪ੍ਰਸ਼ਾਦਾ ਆਲੂ ਮਟਰ ਚਾਰ ਖੀਰ ਦੁੱਧ ਜਿਹੜਾ ਇਹ ਵਰਤਾਰਾ ਇਹ ਕੋਈ ਆਮ ਨਹੀਂ ਹੈ ਇਹ ਤਾਂ ਜਦੋਂ ਅਸੀਂ ਕਹਿੰਦੇ ਹਾਂ ਵੀ ਇਸ ਕੌਮ ਨੂੰ ਫਿਰ ਕੌਣ ਹਰਾ ਲਊ ਇਸ ਕੌਮ ਨੂੰ ਹਰਾਇਆ ਨਹੀਂ ਜਾ ਸਕਦਾ ਇਹਨਾਂ ਦੇ ਅੰਦਰ ਜਿਹੜੀ ਚਿਣਗ ਆ ਨਾ ਅਤੇ ਜਿਹੜਾ ਸੋਵਰਨਿਟੀ ਦਾ ਦਾਵਾ ਪਾਤਸ਼ਾਹੀ ਦਾਵਾ ਸਾਡਾ ਉਹ ਕਦੇ ਬੋਝ ਹੀ ਨਹੀਂ ਸਕਦਾ ਅਸੀਂ ਆਪਦੇ ਕਿਰਦਾਰ 'ਚ ਜਦੋਂ ਜਦੋਂ ਆਏ ਹਾਂ ਉਦੋਂ ਉਦੋਂ ਇਤਿਹਾਸ ਸਿਰਜਿਆ ਜਿੱਦਾਂ ਅਸੀਂ ਪੰਜਾਬ ਤੋਂ ਤੁਰੇ ਸੀ ਦਿੱਲੀ ਨੂੰ ਉਸ ਕਿਰਦਾਰ 'ਚ ਸੀ ਤਾਂ ਹੀ ਅਸੀਂ ਇਤਿਹਾਸ ਸਿਰਜੀਏ ਅਤੇ ਅਸੀਂ ਆਪਦੇ ਕਿਰਦਾਰ 'ਚ ਜਦੋਂ ਤੱਕ ਰਹਾਂਗੇ ਨਿਰਭਉ ਅਤੇ ਨਿਰਵੈਰ ਰਹਾਂਗੇ ਉਦੋਂ ਉਦੋਂ ਇਤਿਹਾਸ ਹੀ ਸਿਰਜਾਂਗੇ ਹਮੇਸ਼ਾ ਇਹ ਅਸੀਂ ਕਰਕੇ ਦਿਖਾਇਆ ਸੋ ਬਾਕੀ ਜੇ ਸੰਗਤ 'ਚੋਂ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਸਤਿ ਸ਼੍ਰੀ ਅਕਾਲ ਜੀ ਅੱਜ ਫਤਿਹਗੜ੍ਹ ਸਾਹਿਬ ਆਏ ਸੀਗੇ ਖੂਨ ਅਤੇ ਸ਼ਹਾਦਤ ਨੂੰ ਯਾਦ ਕਰਦੇ ਹੋਏ ਕਿਦਾਨੀ ਸੰਘਰਸ਼ ਦੀ ਕਾਮਯਾਬੀ ਲਈ ਅੱਜ ਅਰਦਾਸ ਕੀਤੀ ਹੈ ਸਰਬੱਤ ਦਾ ਭਲਾ ਮੰਗਿਆ ਵੀ ਸਾਰੇ ਵੀ ਕਿਸਾਨਾਂ ਵਾਸਤੇ ਕਿਸਾਨੀ ਸੰਘਰਸ਼ ਦੀ ਕਾਮਯਾਬੀ ਵਾਸਤੇ ਆਵਾਜ਼ ਨਹੀਂ ਆਉਂਦੀ ਆਵਾਜ਼ ਨਹੀਂ ਉੱਚੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਸਾਡੇ ਜਿਹੜੇ ਕਲਾਕਾਰ ਨੇ ਅੱਜ ਦੇ ਸਾਡੇ ਯੂਥ ਦੇ ਜਿਹੜੇ ਆਈਕਨ ਬਣੇ ਹੋਏ ਨੇ ਕਿਸਾਨੀ ਸੰਘਰਸ਼ ਦੇ ਲਈ ਸਾਨੂੰ ਬੜੀ ਮਾਣ ਮਹਿਸੂਸ ਹੋ ਰਿਹਾ ਵੀ ਸਾਡੇ ਪਿੰਡ ਬੂਟਾ ਸਿੰਘ ਵਾਲਾ ਜ਼ਿਲ੍ਹਾ ਮੋਹਾਲੀ ਦੇ ਲੰਗਰ ਦੇ ਵਿੱਚ ਅੱਜ ਇਹਨਾਂ ਨੇ ਆ ਕੇ ਲੰਗਰ ਛਕਿਆ ਸਾਡਾ ਵੀ ਮਾਣ ਵਧਾਇਆ ਸਾਨੂੰ ਵੀ ਬੜਾ ਮਾਣ ਮਹਿਸੂਸ ਹੋਇਆ ਵੀ ਯੂਥ ਦੇ ਆਈਕਨ ਬਣੇ ਹੋਏ ਆ ਅੱਜ ਦੀ ਡੇਟ ਦੇ ਵਿੱਚ ਜੋ ਸਾਡੇ ਲੰਗਰ ਦੇ ਵਿੱਚ ਆਏ ਨੇ ਇੱਥੇ ਨਤਮਸਤਕ ਹੋਣ ਆਏ ਨੇ ਸਾਹਿਬਜ਼ਾਦਿਆਂ ਦੇ ਬਾਰੇ ਇਹਨਾਂ ਨੇ ਬੜਾ ਵਧੀਆ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਿਆ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸੇਧ ਲੈ ਕੇ ਜਿੱਥੇ ਵੀ ਪਰਮਾਤਮਾ ਨੂੰ ਵੀ ਯਾਦ ਕਰਨਾ ਚਾਹੀਦਾ ਔਰ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਉਹਦਾ ਵੀ ਸਾਰਿਆਂ ਨੂੰ ਹਿੱਸਾ ਬਣਨਾ ਚਾਹੀਦਾ ਇਹਨਾਂ ਬਾਈ ਨੂੰ ਕੀ ਕਰਾਂਗਾ ਵੀ ਸਾਡੇ ਜਿਹੜੇ ਭਾਂਡਿਆਂ ਵਾਲੇ ਸੇਵਾਦਾਰ ਆ ਉਹ ਵੀ ਕਹਿੰਦੇ ਸੀ 2 ਮਿੰਟ ਸਾਡੇ ਕੋਲ ਹਾਂਜੀ ਆ ਜਾਓ ਉੱਥੇ ਆ ਜਾਓ ਬਾਈ ਜੀ ਇੱਧਰ ਦਿਓ ਮੈਂ ਫੜਦਾ ਜੀ ਰਾਜੂ ਆ ਜਾਓ ਬਾਈ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਕਰ ਰਹੇ ਹੋ ਸੇਵਾ ਨਾਲ ਨਾਲ ਕਰੋ ਅਰਦਾਸ ਵੀ ਜਿੱਤ ਪੰਜਾਬ ਦੀ ਹੋਵੇ
ਤੇ ਆਪਾਂ ਉੱਥੋਂ ਜਿੱਤ ਕੇ ਆਈਏ, ਕਿਸਾਨਾਂ ਦੀ ਜਿੱਤ ਹੋਵੇ ਤੇ। ਪਰ ਤੁਹਾਡੀਆਂ ਅਰਦਾਸਾਂ ਵਿਅਰਥ ਤਾਂ ਨਹੀਂ ਜਾ ਸਕਦੀਆਂ ਫਿਰ, ਜੇ ਤੁਸੀਂ ਇੱਥੇ ਬੈਠੇ ਹੋ ਤੇ ਇੱਥੋਂ ਸਭਾ ਤੋਂ ਬਾਅਦ ਫਿਰ ਉੱਥੇ ਲਾਓ ਆਪਦੀ ਹਾਜ਼ਰੀ। ਸਾਡਾ ਜੀ ਉੱਥੇ ਵੀ ਲੰਗਰ ਚੱਲ ਰਿਹਾ ਸਾਡੇ ਪਿੰਡ ਦਾ। ਅੱਛਾ, ਜਦੋਂ ਸਿੰਘੂ ਬਾਰਡਰ ਤੋਂ ਥੋੜਾ ਜਿਹਾ ਪਹਿਲਾਂ ਇੱਕ ਪੈਟਰੋਲ ਪੰਪ ਦੇ ਉੱਤੇ ਸਾਡੇ ਪਿੰਡ ਦਾ, ਉੱਥੇ ਵੀ ਲੰਗਰ ਚੱਲ ਰਿਹਾ, ਕੁਛ ਸੰਗਤ ਉੱਥੇ ਹੈ। ਠੀਕ ਹੈ ਜੀ। ਤੇ ਕੁਛ ਹਰ ਸਾਲ ਬੜੇ ਸਾਲਾਂ ਤੋਂ ਸਾਡੇ ਆ ਰਹੇ ਹੈ ਪਿੰਡ ਦਾ ਲੰਗਰ ਤੇ ਆ ਰਹੇ ਨੇ। ਮਾਈਆਂ ਕੋਲ ਵੀ ਇੱਕ ਗੇੜਾ ਹੋ ਜੇ ਜੀ। ਹਾਂਜੀ ਹਾਂਜੀ। ਰੋਟੀਆਂ ਪ੍ਰਸ਼ਾਦੇ ਬਣਾ ਰਹੀਆਂ, ਤਵੀ ਲਾਈ ਹੋਈ ਆ, ਉਧਰ ਵੀ ਇੱਕ ਤਵੀ ਲੱਗੀ ਆ ਜੀ, ਨਾਲ ਨਾਲ ਇੱਥੇ ਵੇਲੀ ਜਾਂਦੀਆਂ ਤੇ ਇੱਥੇ ਲੰਗਰ ਛਕਾਈ ਜਾਂਦੀਆਂ ਸਾਨੂੰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਚਲੋ ਜੀ। ਸੋ ਅੱਜ ਅਸੀਂ ਫਤਿਹਗੜ੍ਹ ਸਾਹਿਬ ਜਿਹੜੀ, ਹਾਂਜੀ ਹਾਂਜੀ, ਇਹ ਇੱਥੇ ਵੀ ਸਾਡੇ ਵਾਲੇ ਟਰਾਲੀ ਲਾਈ ਬੈਠੇ ਆ। ਅੱਛਾ ਅੱਛਾ, ਕਿਆ ਬਾਤ ਆ, ਕਿਆ ਬਾਤ ਆ। ਚਲੋ ਬਹੁਤ ਵਧੀਆ ਜੀ, ਤੁਹਾਡੇ ਜਜ਼ਬੇ ਨੂੰ ਸਲਾਮ ਆ ਸਾਰਿਆਂ ਦੇ। ਸਾਰੇ ਬਾਈ ਜੀ ਬੰਦੇ ਦਿੱਲੀ ਵੀ ਜਾ ਕੇ ਆਏ ਨੇ। ਅੱਛਾ, ਤੇ ਜੇ ਉਸ ਤੋਂ ਬਾਅਦ ਹੁਣ ਜਦੋਂ ਇੱਥੇ ਫਤਿਹਗੜ੍ਹ ਸਾਹਿਬ ਕਈ ਸਾਲਾਂ ਤੋਂ ਸਾਡੇ ਪਿੰਡ ਦਾ ਲੰਗਰ ਆਉਂਦਾ ਹੈ, ਹਾਂਜੀ, ਤੇ ਫਿਰ ਇੱਥੇ ਆਏ ਨੇ। ਬਸ ਕੋਈ ਨੀ, ਹੁਣ ਫੋਟੋ ਮੈਂ ਹੁਣ ਕਰ ਲਈਏ ਇੱਕ ਵਾਰੀ, ਆਪਾਂ ਜਿੱਤ ਲਈਏ। ਇੱਧਰ ਸੰਗਤ ਜਿਹੜੀ ਲੰਗਰ ਤੇ ਪੰਗਤ 'ਚ ਬਹਿ ਕੇ, ਸਾਡਾ ਇਹ ਬਾਕਮਾਲ ਆ, ਸਾਰੀਆਂ ਗੱਲਾਂ ਹੀ ਬਾਕਮਾਲ ਆ ਜੀ। ਜਿਹੜਾ 20 ਰੁਪਈਆਂ ਦਾ ਲੰਗਰ ਲਾਇਆ ਸੀ, ਉਹ ਦੇਖੋ ਤੁਸੀਂ ਅੱਜ ਤੱਕ, ਇਹ ਆਮ ਤੌਰ 'ਤੇ ਸਾਡੀ ਕਹਾਵਤ ਆ ਵੀ ਉਹ 20 ਰੁਪਈਆਂ ਵਾਲਾ ਲੰਗਰ ਸਾਡਾ ਨਹੀਂ ਮੁੱਕਿਆ, ਉਹ ਸਦੀਆਂ ਤੱਕ ਚੱਲਦਾ ਰਹੂਗਾ, ਜਦੋਂ ਤੱਕ ਇਹ ਮੈਨੂੰ ਲੱਗਦਾ ਦੁਨੀਆ ਵੱਸਦੀ ਆ ਉਦੋਂ ਤਾਈਂ ਚੱਲਦਾ ਰਹੂਗਾ। ਸੋ ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਵੱਲੋਂ, ਅਰਦਾਸ ਕਰ ਰਹੇ ਹਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਕਿਸਾਨੀ ਸੰਘਰਸ਼ 'ਚ ਪੰਜਾਬ ਦੀ ਅਤੇ ਕਿਸਾਨਾਂ ਦੀ ਜਿੱਤ ਹੋਵੇ। ਜਿੱਤ ਕੇ ਮੁੜਾਂਗੇ, ਤੁਸੀਂ ਅਰਦਾਸ ਕਰਦੇ ਰਹੋ, ਸਾਥ ਬਣਾ ਕੇ ਰੱਖੋ, ਸਬਰ ਸੰਤੋਖ ਅਤੇ ਜਾਪਤੇ 'ਚ ਰਹਿ ਕੇ ਇੱਕ ਲੜਾਈ ਲੜ ਰਹੇ ਹਾਂ ਅਸੀਂ, ਉੱਥੇ ਜੰਗ 'ਚ ਬੈਠੇ ਹਾਂ ਅਤੇ ਜੰਗ 'ਚ ਜੋ ਜੋ ਨੁਕਤੇ, ਜੋ ਜੋ ਸਾਡੀ ਰਣਨੀਤੀ ਹੋਣੀ ਚਾਹੀਦੀ ਆ, ਉਹ ਰਣਨੀਤੀ ਘੜਾਂਗੇ ਹੁਣ ਜਾ ਕੇ। ਸੋ ਚੜ੍ਹਦੀ ਕਲਾਂ 'ਚ ਚੜ੍ਹਦੀ ਕਲਾ, ਦੇਗ ਤੇਗ ਫਤਿਹ, ਪੰਥ ਕੀ ਜੀਤ, ਖਾਲਸਾ ਨਹੀਂ ਡਰੇਗਾ, ਖਾਲਸਾ ਚੂਰ ਦੇ ਵਿਚਾਰ ਰਣ ਪੱਥ ਮਹਾਰਾਜ ਦੇ, ਸੱਜ ਦੇ ਦੀਵਾਨ ਰਣ ਪੱਥ ਮਹਾਰਾਜ ਦੇ, ਬੋਲੇ ਸੋਨਿਆ ਸਤਿ ਸ਼੍ਰੀ ਅਕਾਲ। ਓਕੇ ਜੀ, ਬਹੁਤ ਸਾਰਾ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ।